ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤਪ੍ਰਤ ਕਾਸ਼ ਨੱਡਾ ਨੇ ਕਿਹਾ ਹੈ ਕਿ ਸੁਸ਼ਾਸਨ ਕੋਈ ਨਾਰਾ ਜਾਂ ਜਾਦੂ ਦੀ ਗੱਡੀ ਨਹੀਂ ਹੈ ਸਗੋਂ ਇਹ ਇੱਕ ਭਾਵਨਾ ਹੈ ਜਿਸ ਨਾਲ ਦੇਸ਼ ਅੱਗੇ ਵਧਦਾ ਹੈ ਨਵੀਂ ਦਿੱਲੀ ਵਿੱਚ ਸੁਸ਼ਾਸਨ ਮਹਾ ਉਤਸਵ 2024 ਦੇ ਉਦਘਾਟਨ ਸਮਾਗਮ ਦੌਰਾਨ ਬੋਲਦਿਆਂ ਉਨ੍ਹਾਂ ਦੇਸ਼ ਵਿੱਚ ਸੁਸ਼ਾਸਨ ਦੀ वचनबद्धता ਲਈ ਸਰਕਾਰ ਦੀ ਸ਼ਲਾਘਾ ਕੀਤੀ ਨੱਡਾ ਨੇ ਕਿਹਾ ਕਿ ਦੇਸ਼ ਵਿੱਚ 2014 ਤੋਂ ਬਾਅਦ ਸਿਆਸੀ ਸੱਭਿਆਚਾਰ ਵਿੱਚ ਬਦਲਾ ਆਇਆ ਹੈ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲ ਰਹੀਆਂ ਕਲਿਆਣ योजनावी की शलाघा की